जी 2019 का मतलब बीमार है जी, बहुत ज़्यादा इलाज कराया वा पेंड दौदर जी सर। इन्हों 2 साल हो गए जी। बीमारी की है गुरदे इन्होंने डैमेज हो गई। सत श्री अकाल दोस्तों, अगे एक वीडियो पाई सी, उन्होंने मदद की लोड़ सी, उन्होंने मदद हुई तो एक वीडियो हुण होर पाउण लगे हाँ जिन्हों बहुत ही मदद की लोड़ आ। अज उस गुरदे फेल आ, उन्होंने अपने घर तो सारा कुछ जिन्ना कुछ है बेज बट के ला दिता वा, तो उन्होंने बहुत ही मदद की लोड़ आ। तो जिन्ना हो सके जां वीडियो नूं शेयर करो, वध तों वध मदद करो। अज तुहानूं मिलाउने आ ते दस दिओ की चक्कर आ, की बीमारी आ। ਨੰਬਰ ਹੈਗਾ 98552-47-13। ਇਹ ਵੀਰ ਕਿੱਥੇ ਘਰ ਆਪਣਾ? ਟੁੱਡੀ ਗਲੇ ਰਾਹ ਦੇ ਉੱਪਰ ਜੀ। ਨੇੜੇ ਕੀ ਆ? ਨੇੜੇ ਡੈਗ ਜੀ। ਤੇ ਇਹ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ? ਇਹਨਾਂ ਨੂੰ 2 ਸਾਲ ਹੋ ਗਏ ਜੀ। ਤੇ ਕੀ ਬਿਮਾਰੀ ਕੀ ਆ? ਗੁਰਦੇ ਇਹਨਾਂ ਦੇ ਡੈਮੇਜ ਹੋਏ ਜੀ। ਅੱਛਾ, ਤੁਸੀਂ ਆਪ ਇਕੱਲੇ ਹੀ ਕਮਾਉਣ ਆ ਰਹੇ ਹੋ? ਹਾਂਜੀ। ਤੇ ਤੁਸੀਂ ਸਾਰਾ ਆਪਣੇ ਕੋਲ ਲਾਈ ਜਾਂਦੇ ਹੋ? ਹਾਂਜੀ। ਇਹ ਦੋਸਤੋ ਦੇਖੋ, ਇਹਨਾਂ ਨੂੰ ਬਹੁਤ ਹੀ ਪੈਸੇ ਦੀ ਲੋੜ ਆ, ਮਦਦ ਦੀ ਲੋੜ ਆ। ਚਾਹੇ ਕੋਈ ਸੰਸਥਾ ਆ ਜੇ ਉਹ ਇਹਨਾਂ ਦੀ ਮਦਦ ਕਰ ਦੇਵੇ, ਅਤੇ ਆਪਣਾ ਇਹ ਜਿੰਨਾ ਹੋ ਸਕਦਾ ਵਾ ਉਨਾ ਇਹ ਕਰੀ ਜਾਂਦੇ ਆ। ਇਹਨਾਂ ਨੂੰ ਬਹੁਤ ਹੀ ਮਦਦ ਦੀ ਲੋੜ ਆ, ਇਹਨਾਂ ਦੀ ਹੈਲਪ ਕੀਤੀ ਜਾਵੇ। ਆ ਬਾਪੂ ਜੀ ਦੱਸਾਂਗਾ ਤੁਹਾਨੂੰ ਵੀ ਇਹਨਾਂ ਨੂੰ ਕੀ ਹੋਇਆ ਵਾ, ਕੀ ਗੱਲ ਹੋਈ ਆ, ਕੀ ਬਿਮਾਰੀ ਆ, ਅਤੇ ਕੀ ਇੰਨਾ ਖਰਚਾ ਆ ਗਿਆ। ਕਹਿੰਦੇ ਆ 2-3 ਸਾਲਾਂ ਤੋਂ ਪਏ ਆ ਅਤੇ ਖਰਚਾ ਕਰੀ ਜਾਂਦੇ ਆ, ਜਾਂ ਇਹਦਾ ਇਲਾਜ ਨਹੀਂ ਹੋ ਰਿਹਾ ਗਾ। ਬਾਪੂ ਜੀ ਦੱਸਣਗੇ ਕੀ ਗੱਲ ਹੈ, ਦੱਸੋ ਬਾਪੂ ਜੀ। ਸ੍ਰੀ ਵਾਹਿਗੁਰੂ ਖਾਲਸਾ, ਸ੍ਰੀ ਵਾਹਿਗੁਰੂ ਜੀ ਫਤਿਹ। ਮੈਂ ਜੀ ਨਿਰਮਲ ਸਿੰਘ ਜੀ, ਇਹ ਮੇਰਾ ਬੇਟਾ ਰਣਜੀਤ ਸਿੰਘ ਆ। ਇਹ ਜੀ 2019 ਦਾ ਮਤਲਬ ਬਿਮਾਰ ਆ ਜੀ। ਇਹਨਾਂ ਦੇ ਗੁਰਦੇ ਬਿਲਕੁਲ ਡੈਮੇਜ ਹੋ ਚੁੱਕੇ ਆ, ਜਮ੍ਹਾਂ ਨਹੀਂ ਕੰਮ ਕਰਦੇ ਜੀ। ਅਸੀਂ ਬਹੁਤ ਜ਼ਿਆਦਾ ਇਲਾਜ ਕਰਾਇਆ ਵਾ ਅਤੇ ਸਾਡਾ ਵੱਧ ਤੋਂ ਵੱਧ ਮਦਦ ਕੀਤੀ ਜਾਵੇ, ਅਸੀਂ ਆਪਦੇ ਬਹੁਤ ਧੰਨਵਾਦ ਹੋਵਾਂਗੇ। ਕਿਹੜੇ ਰਾਹ 'ਤੇ ਘਰ ਆਪਣਾ? ਆਪਣਾ ਦੌਦਰ ਕਿਹੜੇ ਰਾਹ 'ਤੇ ਘਰ ਆ? ਮਾੜਾ ਦੱਸ ਦਿਓ। ਪਿੰਡ ਦੌਦਰ ਜੀ ਸਰਕੀ, ਸਾਡਾ ਘਰ ਹੈਗਾ ਢੁੱਡੀ ਕੇ ਰੋਡ 'ਤੇ, ਭਲਵਾਨ ਦੇ ਸਕੂਲ ਦੇ ਕੋਲ। ਡੈਗ ਦੇ ਨਾਲ? ਹਾਂਜੀ, ਸੇਕ ਦਾ ਡੈਗਾ ਜੀ ਕੋਲ, ਉੱਥੇ ਸਾਡਾ ਘਰ ਆ ਜੀ। ਦੇਖੋ ਜੀ, ਅੱਜ ਵੀ ਇਹ ਤੁਹਾਡੇ ਸਾਹਮਣੇ ਬੈਠਾ ਵਾ, ਇਹਨੂੰ ਵੱਧ ਤੋਂ ਵੱਧ ਮਦਦ ਦੀ ਲੋੜ ਆ। ਤੁਸੀਂ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ, ਜੇ ਕੋਈ ਵੀ ਇਹਨਾਂ ਦੀ ਮਦਦ ਕਰ ਸਕਦਾ ਵਾ ਕਰ ਸਕੂਗਾ। ਤੁਸੀਂ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋਗੇ, ਉਹਨਾਂ ਲੋਕਾਂ ਤੱਕ ਪਹੁੰਚ ਸਕੂਗੀ ਜਿਹੜੇ ਇਹਨਾਂ ਦੀ ਮਦਦ ਕਰ ਸਕਦੇ ਆ, ਜਾਂ ਕੋਈ ਸੰਸਥਾ ਵਾਲਾ ਮਦਦ ਕਰ ਸਕਦਾ, ਉਹਨਾਂ ਤੱਕ ਵੀਡੀਓ ਪਹੁੰਚਾਉਣ ਦੀ ਕਿਰਪਾਲਤਾ ਕਰੋ।